ਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਤਲਬ ਕਿ ਮਾਰ ਦੀ ਮੀਡੀਆ ਨਾਲ ਸਰਚ ਮਾਰ ਦਿੱਤੀ। ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਪਈ ਹੋਣ, ਪਰ ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਫੜਨਾ ਸ਼ੁਰੂ। ਸਾਰ ਮੌਕੇ 'ਤੇ ਆਏ ਅਤੇ ਅਸੀਂ ਇਹਨਾਂ ਨੂੰ ਫਾਇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਨਾਲ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ ਹੈ। ਇਸ ਦੌਰਾਨ ਵੱਖ ਵੱਖ ਥਾਵਾਂ ਤੋਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ ਹੈ। ਦੱਸ ਦਈਏ ਕਿ ਦੇਸੀ ਲਾਹਣ ਤੋਂ ਦੇਸੀ ਸ਼ਰਾਬ ਬਣਾਈ ਜਾਣੀ ਸੀ ਤੇ ਵੇਚੀ ਜਾਣੀ ਸੀ, ਉੱਥੇ ਚੋਣਾਂ ਦੌਰਾਨ ਇਹ ਸ਼ਰਾਬ ਬਣਾ ਕੇ ਵਰਤਾਈ ਜਾਣੀ ਸੀ ਤਾਂ ਇਸ ਮੌਕੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਹੈ ਕਿ 450 ਲੀਟਰ ਦੇਸੀ ਲਾਹਣ ਬਰਾਮਦ ਹੋਈ ਹੈ, ਜਿਸ ਤੋਂ ਸੈਂਕੜੇ ਦੇਸੀ ਸ਼ਰਾਬ ਦੀਆਂ ਬੋਤਲਾਂ ਬਣਨੀਆਂ ਸੀ ਤੇ ਇਸ ਦੇਸੀ ਸ਼ਰਾਬ ਦੇ ਨਾਲ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਸ਼ਰਾਬ ਦੀ ਕੋਈ ਵੀ ਡਿਗਰੀ ਨਹੀਂ ਹੁੰਦੀ, ਉੱਥੇ ਜਿਨ੍ਹਾਂ ਕੋਲੋਂ ਵੀ ਇਹ ਸ਼ਰਾਬ ਬਰਾਮਦ ਹੋਈ ਹੈ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੰਸਪੈਕਟਰ ਪੰਜਾਬ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੱਖ ਵੱਖ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਬਣਾਈ ਤੇ ਵੇਚੀ ਜਾ ਰਹੀ ਹੈ, ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਚੋਣਾਂ ਤੋਂ ਪਹਿਲਾਂ ਇਹ ਵੱਡੀ ਰਿਕਵਰੀ ਹੈ। ਏਐਸਆਈ ਜਲੰਧਰ ਸਿੰਘ ਜੀ, ਕਿੱਥੇ ਲੱਗੇ ਹੋ? ਅਸੀਂ ਜਿਹੜੀ EVR ECO3 ਗੱਡੀਆਂ, ਅੱਛਾ, ਮਤਲਬ ਉਹਨਾਂ ਦੇ ਲੱਗਿਆ। ਕੀ ਹੋਇਆ ਕੀ ਸੀਗਾ? 112 ਤੇ ਕੀ ਹੋਇਆ ਕੀ ਸੀ? ਅੱਜ ਸਾਨੂੰ ਇੱਧਰੋਂ ਰਾਤੀ ਐਸਐਚਓ ਸਾਹਿਬ ਨੇ ਮਤਲਬ ਬੰਦੇ ਭੇਜੇ ਸੀ, ਚਿੱਟਾ ਜ਼ਿਆਦਾ ਅਤੇ ਹਰੇਕ ਨੂੰ ਤੰਗ ਕਰਦਾ, ਲੁੱਟ ਖੋਹਾ ਕਰਦਾ ਬੰਦਾ, ਉਹਨੂੰ ਫੜਨ ਲਈ ਸੁਬਾਹ ਸਾਨੂੰ ਫਿਰ ਐਸਐਚਓ ਸਾਹਿਬ ਨੇ ਕਿਹਾ ਵੀ ਬੰਦੇ ਨੂੰ ਆਪਾਂ ਗ੍ਰਿਫਤਾਰ ਕਰਨਾ, ਮਤਲਬ ਕਿ ਇਹ ਬਹੁਤ ਮਤਲਬ ਤੰਗ ਕਰਦਾ, ਆਪਾਂ ਬਿਲਕੁਲ ਲੁੱਟਾਂ ਕਰਦਾ ਅਤੇ ਚਿੱਟਾ ਜ਼ਿਆਦਾ। ਫਿਰ ਕੀ ਹੋਇਆ? ਫਿਰ ਅਸੀਂ ਕਰੀਬ 5 ਵਜੇ ਸਾਨੂੰ ਪਤਾ ਲੱਗਿਆ ਕਿ ਬੰਦਾ ਇੱਥੇ ਬੈਠਾ। ਕਿਹੜੀ ਜਗ੍ਹਾ 'ਤੇ? ਬੀੜ ਤਲਾਬ। ਅੱਛਾ, ਬਸਤੀ ਨੰਬਰ 2। ਫਿਰ ਜੀ? ਫਿਰ ਅਸੀਂ ਤਿੰਨੇ ਗਏ, ਮਤਲਬ ਇੱਕ ਘਰ ਬੈਠਾ ਚਿੱਟਾ ਪੀ ਰਿਹਾ ਸੀ, ਉਹਨੂੰ ਕਿਹਾ ਵੀ ਤੁਸੀਂ ਆ ਸਾਡੇ ਨਾਲ ਚੱਲੋ, ਅਤੇ ਉਹ ਸਾਡੇ ਚੱਲਣ ਨਾਲ ਤੁਰਨ ਦੀ ਬਜਾਏ ਸਾਡੇ ਗਲ ਪੈ ਗਿਆ ਅਤੇ ਅਸਲਾ ਫੜਨ ਦੀ ਕੋਸ਼ਿਸ਼ ਕੀਤੀ। ਫਿਰ ਅਤੇ ਜਦੋਂ ਉਹਨੇ ਅਸਲਾ ਨੂੰ ਹੱਥ ਪਾ ਲਿਆ, ਇਹਨੇ ਸਾਰੇ ਅਸੀਂ ਗੁੱਤ ਮੁੱਤੀ ਹੋਏ ਸਾਡੇ ਨਾਲ ਕਾਫੀ ਚਿਰ ਉਹ, ਅਤੇ ਫਿਰ ਉਹਨੇ ਸਾਡੇ ਅਸਲਾ ਫੋਨ 'ਤੇ ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਕੁਦਰਤੀ ਉੱਤਰ ਗਿਆ ਕਾਰਬਨ ਤੋਂ, ਅੱਛਾ, ਅਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਤਲਬ ਕਿ ਮਾਰਦੀ ਮੀਡੀਆ ਨਾਲ ਮੇਰੇ ਸਿਰ 'ਚ ਮਾਰ। ਕਿੰਨੇ ਜਣੇ ਜ਼ਖਮੀ ਹੋ ਤੁਸੀਂ? ਅਸੀਂ ਤਿੰਨ ਜਣਾ, ਜ਼ਿਆਦਾ ਮੇਰੇ ਸੱਟਾਂ ਅਤੇ ਹਰਦੀਪ ਦੇ ਵੀ ਬਹੁਤ ਸੱਟ ਲੱਗੀ ਹੈ, ਅਤੇ ਉਹ ਇਕੱਲਾ ਹੀ ਬੰਦਾ, ਉਹ ਗਗਨਪ੍ਰੀਤ ਦੇ, ਹਾਂ ਉਹ ਇਕੱਲਾ ਹੀ ਸੀ ਨਸ਼ੇ ਦੇ ਬਹੁਤ। ਉਹ ਫਰਾਰ ਹੋ ਗਿਆ ਕਿ ਫੜ ਲਿਆ? ਫੜ ਲਿਆ। ਕਿੱਥੇ ਲਿਆਂਦਾ ਹੁਣ? ਹੁਣ ਐਸਐਚਓ ਸਾਹਿਬ ਸਦਰ ਦਿਵਾਲੇ। ਮੇਰਾ ਸੀਨੀਅਰ ਕਾਂਸਟੇਬਲ ਰਮਨਦੀਪ ਸਿੰਘ। ਕੀ ਮਾਮਲਾ ਹੋਇਆ, ਕਿਹੜੀ ਜਗ੍ਹਾ 'ਤੇ ਹੋਇਆ? ਅਸੀਂ ਬੀੜ ਤਲਾਬ ਬਸਤੀ ਨੰਬਰ 2 'ਚ ਗਏ ਸੀ ਜੀ। ਸਾਨੂੰ ਐਸਐਚਓ ਸਾਹਿਬ ਨੇ ਕਿਹਾ ਸੀ ਵੀ ਇਹ ਬੰਦਾ ਕ੍ਰਿਮੀਨਲ ਆ, ਉਹਨਾਂ ਦੀ ਪੁਲਿਸ ਪਾਰਟੀ 'ਤੇ ਵੀ ਹਮਲਾ ਕੀਤਾ ਸੀ ਇਹਨੇ। ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰ ਬੈਠਾ ਚਿੱਟਾ ਲਾ ਰਿਹਾ। ਇੱਕ ਹੀ ਉਹਨਾਂ ਦੇ ਕਮਰਾ ਸੀ, ਇੱਕ ਕਮਰੇ ਦੇ ਵਿੱਚ ਤਿੰਨੇ ਜਣੇ ਚਿੱਟਾ ਲਾ ਰਹੇ ਸੀ। ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਆ, ਵੀ ਤੇਰਾ ਨਾਂ ਹੈ, ਇਹ ਨਹੀਂ ਮੰਨਿਆ। ਸਾਨੂੰ ਸ਼ੱਕ ਦੇ ਆਧਾਰ 'ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ 'ਤੇ, ਵੀ ਉਹੀ ਬੰਦਾ। ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਪਈ ਹੋਣ, ਪਰ ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਸਿੰਧੂ, ਵੀ ਚਲੋ ਥਾਣੇ ਲੈ ਕੇ ਜਾਣਾ, ਠੀਕ ਹੈ, ਕਿਉਂਕਿ ਰਾਤ ਇਹਨੇ ਵਾਰਦਾਤ ਕੀਤੀ ਸੀ ਮੁਲਾਜ਼ਮਾਂ ਨਾਲ, ਇਹਨੂੰ ਪਤਾ ਸੀ ਵੀ ਥਾਣੇ ਲੈ ਕੇ ਜਾਣਾ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ, ਗੱਡੀ 'ਚ ਵੀ ਲੱਤਾਂ ਮਾਰੀਆਂ, ਸਾਡੇ ਵੀ ਤੋੜ 'ਤੇ,
ਠੀਕ ਹੈ, ਹਰਦੀਪ ਦੇ ਵੀ ਸੱਟ ਵੱਜੀ ਹੈ। ਬਾਅਦ 'ਚ ਥਾਣੇਦਾਰ ਸਾਹਿਬ ਸਾਈਡ 'ਤੇ ਖੜ੍ਹੇ ਸੀ ਅਤੇ ਸਾਨੂੰ ਧੱਕ ਕੇ ਅਤੇ ਅਸਲੇ ਨੂੰ ਪੈ ਗਏ। ਅਸਲੇ ਨੂੰ ਜਦੋਂ ਪਿਆ ਥਾਣੇਦਾਰ ਸਾਹਿਬ ਨੇ ਮੈਗਜ਼ੀਨ ਲਾ ਲਿਆ ਵੀ ਫੈਰਨਾ, ਫਿਰ ਉਸ ਤੋਂ ਬਾਅਦ ਮੈਗਜ਼ੀਨ ਖੋਹ ਕੇ ਥਾਣੇਦਾਰ ਸਾਹਿਬ ਦੇ ਸਿਰ 'ਤੇ ਮਾਰਿਆ, ਫਿਰ ਉਦੋਂ ਇਹ ਤੋਂ ਵਾਪਸ ਮੈਗਜ਼ੀਨ ਖੋਹਿਆ ਸੀ, ਫਿਰ ਮੋਢੇ 'ਤੇ ਵੀ ਵਾਰ ਕੀਤਾ ਅਸੀਂ ASI ਜਲੰਧਰ ਸਿੰਘ ਦੇ ਮੋਢੇ 'ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਫਿਰ SHO ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ 'ਤੇ ਵੀ ਇਹ ਨਹੀਂ ਮੰਨਦਾ। ਫਿਰ ਜਦੋਂ SHO ਸਾਹਿਬ ਮੌਕੇ 'ਤੇ ਆਏ ਇਹ ਅਸਲੀ ਨਾਲ ਫੈਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਲਾ ਕੇ ਤੁਹਾਡੇ ਵਾਲੇ ਨਾਲ ਸਾਡੇ 'ਤੇ ਜੋ ਸਾਡੇ ਕੋਲ ਅਸਲਾ ਸੀ ਕਾਰਵਾਈ ਉਹਦੇ 'ਤੇ ਉਹਦੇ ਨਾਲ ਫੈਰ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਕਿੱਥੇ ਲੈਂਦਾ ਇਹਨੂੰ? ਉਹ SHO ਸਦਰ ਦੇ ਹਵਾਲੇ। ਮੇਰੇ ਕੋਲ ਪੁਲਿਸ ਮੁਲਾਜ਼ਮ ਆਏ, ਉਹਨਾਂ ਦੇ ਕਹਿਣ ਮੁਤਾਬਕ ਫਤਿਹਗੜ੍ਹ ਚੂੜੀਆਂ ਤੋਂ ਨਿਤਿਨ ਲੂਥਰਾ ਦੀ ਰਿਪੋਰਟ ਔਨ ਏਅਰ।